किसानों के भारत बंद को लेकर हाई अलर्ट के चलदियां जलंधर में कतल की वारदात सामने आई है। कमिश्नरेट जलंधर के थाना नंबर एक अधीन संत विहार इलाके में बजुर्ग महिला का बेरहमी नाल कतल किया गया। घर का सारा समान खिलरिया होया है। वारदात का कारण लुट या चोरी नहीं है। इस तथ्य का खुलासा डीसीपी गुरवीर सिंह ने किया है। उन्होंने कहना है कि पुलिस मौके पर पुजी है तो जांच कर रही है। इन्हां दे पति दी पहला ही मौत हो चुकी है जो फौज तो रिटायर सन। डीसीपी गुरमीत सिंह का कहना है कि वारदात लुट दे इरादे नाल नहीं हुई, हालांकि कुछ घर का समान विखरिया है, लेकिन महिला दे गले दी सोने दी चैन भी गले विच है। इस तो स्पष्ट है कि वारदात लुट दे इरादे नाल नहीं की गई। 60 साल दी उहदी होई था, बलबीर कौर है, वाइफ ऑफ पूरन सिंह। इन्हां दे हस्बैंड दी करीब 6-7 साल पहले डेथ हुई थी। ये हूँ महल्ले दस रहे हैं भी ज़्यादातर कले रेंदे से, इन्हों का कोई करता किसी का नहीं, रिश्तेदार भी कहते, रिश्तेदार नहीं कहते। सो ये असी जरा हूँ जो आके सीन ऑफ क्राइम इंस्पैक्ट देखा तो वाकई जरा एक मर्डर है। असी हम जरा मर्डर का जी एफ आई आर जी दर्ज करके तफ्तीश करा। साढ़े को जो डायरी मिली है डायरी के नाम वगैरह जो इन्हों की फैमिली बैकग्राउंड जाना भी इन्हों का पिंड खुस हो पिछले उत्तर गलबात करके तो यहाँ देखेंगे किड़े बंद जरा फिर असी केस में जल्दी ही ब्रेक करा। तुसी पड़ोसी हो, रात नूं किसे तरह दी कोई आवाज सुनन नूं ਉਹਨੂੰ ਆਵਾਜ਼ਾਂ ਮਾਰੀਆਂ, ਆਂਟੀ ਆਂਟੀ ਦੁੱਧ ਲੈ ਲੈ, ਬੂਹਾ ਨਹੀਂ ਖੋਲਦੀ ਪਈ। ਉਹ ਨਹੀਂ ਥੋੜ੍ਹੀ ਦੇਰ ਬੋਲੀ, ਫਿਰ ਉਹਨੇ ਸਾਨੂੰ ਆਂਢ ਗੁਆਂਢ ਦੱਸਿਆ ਵੀ ਆਂਟੀ ਅੱਜ ਨਹੀਂ ਬੋਲਦੀ ਪਈ, ਇਹਨੂੰ ਕਿਤੇ ਅੱਗੇ ਨਾਲ ਅਟੈਕ ਨਹੀਂ ਹੋ ਗਿਆ, ਜੇ ਅਟੈਕ ਹੋ ਗਿਆ ਦਰਵਾਜ਼ਾ ਖੋਲ ਕੇ ਦੱਸਿਆ। ਅੱਛਾ ਜੀ, ਉਹ ਕਹਿੰਦਾ ਵੀ ਹੁਣ ਕਿਤੇ ਅਟੈਕ ਨਾ ਹੋ ਗਿਆ ਵੀ ਅੰਦਰ ਸਹੀ ਹੋ ਰਹੀ, ਤੁਸੀਂ ਦੇਖੋ। ਉਹ ਕਹਿੰਦਾ ਮੈਂ ਅੱਗੇ ਦੁੱਧ ਦੇ ਕੇ ਫਿਰ ਆ ਕੇ ਦੇਖਦਾ। ਕਿੰਨੀ ਉਮਰ ਸੀਗੀ ਇਹਨਾਂ ਦੀ? ਇਹਨਾਂ ਦੀ ਹੈਗੀ ਸੀ 65-70। ਤੇ ਕੀ ਨਾਮ ਕੀ ਸੀ ਇਹਨਾਂ? कुछ लगाया पैसे किसी नूं इन्हां ने? ਤੇ ਰਾਤ ਨੂੰ ਕੋਈ ਆਵਾਜ਼ ਸੁਣਨ ਨੂੰ ਤੁਹਾਨੂੰ ਮਿਲੀ ਹੋਵੇ? ਆਵਾਜ਼ ਨਹੀਂ ਸੁਣੀ, ਮੇਰੇ ਸਾਨੂੰ ਪਤਾ ਹੀ ਨਹੀਂ ਲੱਗਿਆ। ਤੇ ਦੋਧੀ ਨਾਮ ਦੀ ਨਾਮ ਦਾ ਤੇ ਪਤਾ ਹੀ ਨਹੀਂ ਸੀ ਲੱਗਣਾ, ਉਹ ਅੰਦਰ ਹੀ ਪਈ ਰਹਿਣੀ ਸੀ ਵਿਚਾਰੀ। ਤੇ ਜਦੋਂ ਅੰਦਰ ਤੁਸੀਂ ਦੇਖਿਆ ਤੇ ਹਾਲਾਤ ਕੀ ਸੀਗੇ? ਡੈਡ ਬੋਡੀ ਹਾਲਾਤ ਥੱਲੇ ਉੱਦਾਂ ਹੀ ਲੰਮੀ ਪਈ ਹੈ, ਉਹਦੀ ਬਾਹ ਵੀ ਬੰਨੀ ਆ ਕੀ ਲੱਗਦਾ ਗਿਆ ਤੁਹਾਨੂੰ ਕਿ ਕਿਸ ਕਾਰਨ ਇਹਦਾ ਕਤਲ ਕੀਤਾ ਗਿਆ? ਜਾਂ ਪਤਾ ਨਹੀਂ, ਜੇ ਤਾਂ ਸੋਨਾ ਖੜਨਾ ਦਾ ਉਹਦੀ ਚੈਨੀ ਵੀ ਨਹੀਂ ਕਿਸੇ ਨੇ ਲਾਈ, ਮੁੰਡੀ ਵੀ ਨਹੀਂ ਲਾਈ, ਉਹ ਹੁਣ ਪੁਲਿਸ ਵਾਲਿਆਂ ਨੇ ਦੇਖੀ, ਉਹਨਾਂ ਨੇ ਚੱਕੀ ਹੈ। ਠੀਕ ਹੈ, ਦੇਖਿਆ ਫਿਰ ਆਂਟੀ ਥੱਲੇ ਲੰਬੇ ਪਈ ਸੀ, ਮੂੰਹ ਬੰਦਿਆ ਸੀ ਆਂਟੀ ਦਾ, ਹੱਥ ਵੀ ਬੰਦੇ ਸੀ, ਸਲਵਾਰ ਵੀ ਖੁੱਲ੍ਹੀ ਸੀ। ਬਾਅਦ ਫਿਰ ਆਪਾਂ ਦਰਵਾਜ਼ੇ 'ਤੇ ਤਾਲਾ ਖੋਲ੍ਹਿਆ, ਤਾਲਾ ਖੋਲ੍ਹ ਕੇ ਫਿਰ ਆਪਾਂ ਬਾਹਰ ਆ ਗਏ ਤੁਰੰਤ ਹੀ। ਫਿਰ ਅਤੇ ਕਿਸ ਤਰ੍ਹਾਂ ਵੀ ਤੁਹਾਨੂੰ ਕੀ ਲੱਗਦਾ ਵੀ ਰਾਤ ਨੂੰ ਕੋਈ ਆਵਾਜ਼ ਵਗੈਰਾ ਸੁਣਨ ਨੂੰ ਮਿਲੀ ਸੀ? ਨਹੀਂ ਸਰ, ਸਾਨੂੰ ਆਵਾਜ਼ ਕੁਛ ਨਹੀਂ ਸੁਣੀ ਸਰ। ਅਤੇ ਹਰ ਰੋਜ਼ ਹੀ ਦੋਧੀ ਆਉਂਦਾ ਸੀ ਦੁੱਧ ਦੇਣ? ਹਾਂਜੀ ਹਾਂਜੀ। ਅਤੇ ਇਹ ਜਿਹੜੇ ਬਜ਼ੁਰਗ ਲੇਡੀ ਸੀਗੇ, ਇਕੱਲੇ ਇੱਥੇ ਰਹਿੰਦੇ ਸੀਗੇ? ਅਤੇ ਹੋਰ ਕੋਈ ਇਹਨਾਂ ਦੇ ਨਾਲ ਕੋਈ ਰਹਿੰਦਾ ਸੀ, ਕੋਈ ਰਿਸ਼ਤੇਦਾਰ? ਕੋਈ ਨਹੀਂ ਰਹਿੰਦਾ। ਅਤੇ ਕੋਈ ਆਉਣਾ ਜਾਣਾ ਕਿਸੇ ਦਾ ਘਰੇ? ਅਤੇ ਹੋਰ ਕੋਈ ਕੰਮ ਕਰਨ ਲਈ ਕੋਈ ਲਗਾਇਆ ਪਿਆ ਸੀ ਇਹਨਾਂ ਨੇ? ਨਹੀਂ ਨਹੀਂ। ਅਤੇ ਜਦੋਂ ਤੁਸੀਂ ਦੇਖਿਆ ਤਾਂ ਹਾਲਾਤ ਕੀ ਸੀਗੇ? ਜਿਵੇਂ ਸਰ ਜਿੱਦਾਂ ਸਮਾਨ ਖੇਲਿਆ ਹੀ ਮੈਂ ਤਾਂ ਸਵਾਰਾ, ਜਿੱਦਾਂ ਚੋਰ ਦਾ ਹੀ ਹੁੰਦਾ ਸੀ ਸਰ, ਅੰਦਰੋਂ ਸਾਰਾ ਪੇਟੀ ਪੂਰੀ ਸਾਰੀ ਖੁੱਲੀ ਸੀ ਸਰ। ਅੱਛਾ, ਅਤੇ ਜਿੱਦਾਂ ਚੋਰੀ ਦਾ ਇਲਜ਼ਾਮ ਦਿੱਤਾ ਸੀਗਾ? ਠੀਕ ਆ।
ਤੇ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਜਦੋਂ ਤੁਸੀਂ ਦੇਖਿਆ ਇਹ ਸਰ ਆਪਾਂ ਦੇਖਿਆ ਨਾਲੇ ਤੁਰੰਤ ਹੀ ਬਾਹਰ ਆ ਗਏ ਤਾਲਾ ਬੋਲ ਕੇ ਬਾਹਰ ਆ ਗਏ ਸੀ ਤੇ ਇਸ ਤੋਂ ਬਾਅਦ ਤੁਸੀਂ ਤੁਹਾਡੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਮੈਂ ਦਿੱਤੀ ਹੈ ਫੋਨ ਤੇ ਕਿੰਨੀ ਕੁ ਦੇਰ 'ਚ ਪੁਲਿਸ ਪਹੁੰਚ ਗਈ ਸੀ ਸਰ ਆ ਗਈ ਪੁਲਿਸ ਮਤਲਬ ਮੈਂ 9:30 ਦਿੱਤੀ ਫੋਨ ਦੱਸ